ਸਿੱਧੂ ਮੂਸੇਵਾਲਾ ਨੇ ਵੀ ਜ਼ਿਕਰ ਕੀਤਾ ਹੋਰ ਵੀ ਬੜਿਆਂ ਨੇ ਗੱਗੂ ਗਿੱਲ ਹੁਣਾਂ ਦੇ ਕਿਰਦਾਰ ਨੂੰ ਔਰ ਤੁਹਾਡੀ ਚਾਲ ਨੂੰ ਹਾਥੀ ਦੇ ਨਾਲ ਕੰਪੇਅਰ ਕੀਤਾ ਕਿਸੇ ਨੇ ਕਿਵੇਂ ਕੀਤਾ ਔਰ ਮੂਸੇਵਾਲਾ ਤਾਂ ਮੈਂ ਜ਼ਰੂਰ ਜ਼ਿਕਰ ਕਰੂੰਗਾ ਮੁਲਾਕਾਤ ਹੋਈ ਸੀ ਮੇਰੇ ਖਲ ਨੇ ਪੋਸਟ ਵੀ ਸਾਂਝੀ ਕੀਤੀ ਸੀਗੀ ਕੋਈ ਕੀ ਗੱਲਬਾਤ ਹੋਈ ਸੀ ਕੋਈ ਸਿੱਧੂ ਮੂਸੇਵਾਲਾ ਹੁਣਾਂ ਦੇ ਨਾਲ ਹਾਂਜੀ ਉਹ ਮੈਂ ਦੋ ਮੁਲਾਕਾਤਾਂ ਮੇਰੀਆਂ ਉਹਨਾਂ ਨਾਲ ਹੋਈਆਂ ਇੱਕ ਵਾਰ ਤੇ ਇੱਕ ਸਟੇਜ ਤੇ ਸਿਰਫ ਦੁਆ ਸਲਾਮ ਐਵੇਂ ਮਾਰੀ ਬੁਟੀ ਹੋਈ ਸੀ ਉਸ ਤੋਂ ਪਹਿਲਾਂ ਉਹ ਮੈਨੂੰ ਘਰ ਮਿਲਣ ਆਏ ਸੀ ਮੇਰੇ ਘਰ ਤੋਂ ਥੋੜੀ ਜੀ ਦੂਰੀ ਤੇ ਐਮੀ ਵਿਰਖੋਰੀ ਸ਼ੂਟਿੰਗ ਕਰ ਰਹੀ ਸੀ ਇੱਕ ਫਿਲਮ ਦੀ ਸ਼ਾਇਦ ਸੋਕਣ ਸੋਕਣੀ ਹੋਵੇ ਤਾਂ ਇਹਨਾਂ ਦੇ ਤਾਂਪ ਸਵੀ ਦੀ ਪਹਿਲਾਂ ਇੱਕ ਦੂਸਰੇ ਨੂੰ ਜਾਣਦੇ ਸੀ ਤਾਲੁਕਤ ਸੀ ਔਰ ਉਹਨਾਂ ਨੇ ਐਮੀ ਹੋਰਾਂ ਨੂੰ ਕਿਹਾ ਵੀ ਆਪਾਂ ਚੱਲੀਏ ਬਾਈ ਨੂੰ ਮਿਲ ਕੇ ਆਈਏ ਫਿਰ ਇਹਨਾਂ ਦਾ ਸੁਨੇਹਾ ਆਇਆ ਤਾਂ ਚਲੋ ਆਗੇ ਘਰ ਤੇ ਅਸੀਂ ਵੈਲਕਮਿੰਗ ਕੀ ਕਰਨਾ ਸੀ ਤਾਂ ਬੜਾ ਚੰਗਾ ਲੱਗਿਆ ਬਹੁਤ ਹੀ ਪਿਆਰਾ ਮੁੰਡਾ ਸੀ ਵਿਚਾਰਾ ਬਹੁਤ ਹੀ ਦੁੱਖ ਹੁੰਦਾ ਜਦ ਵੀ ਉਹਦੀ ਗੱਲ ਹੁਣ ਵੀ ਜਾਦਾ ਆ ਜਾਂਦੀ ਹੈ ਤਾਂ ਤਾਂ ਮੈਨੂੰ ਉਹਦੇ ਗਾਣੇ ਤਾਂ ਚਲੋ ਕਈ ਗਾਣੇ ਕੁਝ ਜ਼ਿਆਦਾ ਪਸੰਦ ਹੁੰਦੇ ਕਿ ਰੂਟੀਨ ਚ ਕੱਟ ਹੁੰਦੇ ਐ ਲੇਕਿਨ ਮੈਨੂੰ ਮੈਂ ਵੈਸੇ ਉਹਦਾ ਫੈਨ ਉਹਦੀਆਂ ਆਦਤਾਂ ਕਰਕੇ ਜ਼ਿਆਦਾ ਸੀ ਜਿਹੜੀਆਂ ਜਿਹੜੀਆਂ ਉਹਦੇ ਚ ਖੂਬੀਆਂ ਸੀ ਜਿਸ ਤਰ੍ਹਾਂ ਉਹ ਆਪਣੇ ਪਿੰਡ ਰਹਿੰਦਾ ਸੀ ਜਿਹੜਾ ਨਾਲ ਜੁੜਿਆ ਹੋਇਆ ਸੀ ਆਪਣੇ ਮਾਪੇ ਬਾਪ ਦੀ ਬਜ਼ੁਰਗਾਂ ਦੀ ਬਹੁਤ ਖੇਦਮਤ ਕਰਦਾ ਸੀ ਬਹੁਤ ਉਹਨਾਂ ਦੀ ਇੱਜ਼ਤ ਕਰਦਾ ਸੀ ਇਹ ਚੀਜ਼ ਉਹਦੇ ਚ ਬਹੁਤ ਚੰਗੀ ਸੀ ਨਵੀਂ ਪਨੀਰੀ ਨੂੰ ਨਵੀਂ ਜਨਰੇਸ਼ਨ ਨੂੰ ਇੱਕ ਬਹੁਤ ਸੇਧ ਦੇਣ ਵਾਲੀਆਂ ਗੱਲਾਂ ਸੀ ਉਹਦੇ ਵਿੱਚ ਜਿਸ ਤਰ੍ਹਾਂ ਆਪਣੇ ਖੇਤਾਂ 'ਚ ਕੰਮ ਕਰਦਾ ਸੀ ਕਦੇ ਉਹ ਹਲਵਾਉਂਦਾ ਦਿਸਦਾ ਸੀ ਕਦੇ ਟਰਾਲੀ ਤੇ ਕੁਛ ਲਈ ਜਾਂਦਾ ਸੀ ਇਹ ਮਤਲਬ ਇਹ ਬੱਚੇ ਸਿੱਖਦੇ ਆ ਚੰਗੀ ਗੱਲ ਆਰਟਿਸਟ ਨੂੰ ਵੇਖ ਕੇ ਜ਼ਿਆਦਾ ਸਿੱਖਦੇ ਆ ਉਹਦੇ ਇਹ ਬਹੁਤ ਚੰਗੀਆਂ ਗੱਲਾਂ ਸੀ ਤੇ ਬਹੁਤ ਦੁੱਖਾਂ ਦੀ ਗੱਲ ਹੋਈ ਚਲੋ ਕੀ ਕਰ ਸਕਦੇ ਕੀ ਗੱਲਬਾਤ ਹੋਈ ਸੀ ਗਿਆਨ ਸਾਹਿਬ ਕਿਉਂਕਿ ਕੁਝ ਚੀਜ਼ਾਂ ਸਿਮਿਲਰ ਨੇ ਸਿੱਧੂ ਮੂਸੇਵਾਲੇ ਦੇ ਵਿੱਚ ਔਰ ਗੁੱਗੂ ਗਿੱਲ ਹੋਣਾ ਚ ਇੱਕ ਤਾਂ ਉਹ ਕੈਨੇਡਾ ਛੱਡ ਕੇ ਆਪਦੇ ਮੂਸੇਪਿੰਡ ਆ ਗਿਆ ਸੀ ਬਸ ਔਰ ਤੁਸੀਂ ਵੀ ਕਦੇ ਵਿਦੇਸ਼ੋਂ ਕਿਤੇ ਮੁੰਬਈ ਮੁੰਬਈ ਆ ਕੇ ਰਹੇ ਹਾਂ ਜੀ ਹਾਂ ਤਾਂ ਏਟੀਸੀ ਜੀ ਉਹਨੇ ਉਹ ਵਿਚਾਰਾ ਇਹ ਗੱਲਾਂ ਕਰਦਾ ਸੀ ਵੀ ਮੈਂ ਵੀ ਪਿੰਡ ਰਿਹਾ ਕਿ ਰਾਜ਼ੀਆਂ ਤਾਂ ਉਹ ਉਹ ਪਿੰਡ ਹੀ ਰਿਹਾ ਹਮੇਸ਼ਾ ਆਪਣੀ ਕਲਚਰ ਨਾਲ ਜੁੜ ਕੇ ਰਿਹਾ ਆਪਣੀ ਰਹਿਣ ਸਹਿਣ ਆਪਣੇ ਹੀ ਲਿਬਾਸ ਆਪਣੀ ਜ਼ੁਬਾਨ ਉਹਨੇ ਸਤਕਾਰ ਹਮੇਸ਼ਾ ਦਿੱਤਾ ਤਾਂ ਪੱਗ ਨੂੰ ਸਤਕਾਰ ਹਮੇਸ਼ਾ ਉਹਨੇ ਦਿੱਤਾ ਤਾਂ ਇਹ ਚੀਜ਼ਾਂ ਸੀ ਉਹਦੇ ਚ ਚੰਗੀਆਂ ਸੀ ਜਿਹੜੀਆਂ ਤਾਂ ਮੈਨੂੰ ਲੱਗਦਾ ਐਸੀ ਕਰਕੇ ਉਹਨੂੰ ਇਨ ਇੱਜ਼ਤ ਵੀ ਮਿਲੀ ਹੋਈ ਹੈ ਕਾਸ ਗੱਲ ਉਹਦੀ ਯਾਦ ਹੈ ਕਿ ਜਿਹੜੀ ਰੂਟੀਨ ਚ ਸੀ ਜੋ ਬਸ ਜ਼ਿਆਦਾ ਬੋਲਿਆ ਨਹੀਂ ਉਹ ਕਿਉਂਕਿ ਮੈਨੂੰ ਐ ਲੱਗਿਆ ਵੀ ਜੇ ਜਿਸ ਤਰ੍ਹਾਂ ਵੱਡਿਆਂ ਦੇ ਵਿੱਚ ਕੋਈ ਛੋਟੇ ਬੈਠ ਕੇ ਸਮਝਦੇ ਆ ਵੀ ਚਲੋ ਮੈਂ ਇਹਨਾਂ ਦੀ ਸੁਣਾ ਮੈਂ ਆਪ ਘੱਟ ਬੋਲਾਂ ਇਸ ਤਰ੍ਹਾਂ ਦਾ ਪਰ ਜਿੰਨਾਂ ਕੋ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਉਹ ਬਹੁਤ ادب ਨਾਲ ਸਤਿਕਾਰ ਨਾਲ ਉਹਦਾ ਜਵਾਬ ਦਿੰਦਾ ਸੀ ਪਰ ਇੱਕ ਵੀ ਇਹ ਵੀ ਹੈ ਕਿ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਸਿੱਧੂ ਦੇ ਜਾਣ ਤੋਂ ਬਾਅਦ ਸਾਰੇ ਸ਼ੌਕ ਉਹਨਾਂ ਨੂੰ ਵੀ ਲੱਗਿਆ ਜਿਹੜੇ ਲੋਕ ਦੁਸ਼ਮਣ ਵੀ ਸੀ ਉਹ ਵੀ ਲੋਕ ਕਹਿੰਦੇ ਹਾਂ ਜੀ ਕਿਉਂਕਿ ਵਕੀ ਹੁੰਦਾ ਸਾਰਿਆਂ ਨੇ ਦੁੱਖ ਬਣਾਇਆ ਬਹੁਤ ਤੁਹਾਨੂੰ ਉਦੋਂ ਸ਼ਾਮ ਨੂੰ ਪਤਾ ਲੱਗਿਆ ਸੀਗਾ ਹਾਂ ਬਿਲਕੁਲ ਔਰ ਬਹੁਤ ਸਾਰਿਆਂ ਨੂੰ ਜਿਸ ਤਰ੍ਹਾਂ ਆਪਾਂ ਹਰ ਬੰਦੇ ਨੂੰ ਹੀ ਬੁਰਾ ਲੱਗਿਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਫਾਦਰ ਸਾਹਿਬ ਨਾਲ ਕਦੇ ਗੱਲਬਾਤ ਹੋਈ ਉਸ ਤੋਂ ਬਾਅਦ ਕਦੇ ਨਹੀਂ ਮੈਂ ਮਿਲ ਕੇ ਉਸ ਉਹਨਾਂ ਦੀ ਮੌਤ ਤੋਂ ਬਾਅਦ ਅਫਸੋਸ ਕਰਕੇ ਆਇਆ ਹਾਂ